ਕਰਤੀ ਤਿਆਰੀ ਫਿਰ? ਹਾਂਜੀ ਹਾਂਜੀ ਤਿਆਰੀ। ਰਵੀ ਕਰਤੀ ਤਿਆਰੀ ਫਿਰ? ਹਾਂਜੀ ਹਾਂਜੀ। ਕਿੱਧਰ ਨੂੰ? ਅੰਮ੍ਰਿਤਸਰ ਹਰਿਮੰਦਰ ਸਾਹਿਬ ਹਨੇ ਆਰਾਮ ਨਾਲ ਹੀ ਚੱਲਾਂਗੇ ਨਾ। ਹਾਂ ਆਰਾਮ ਨਾਲ ਚੱਲਾਂਗੇ, ਬਾਕੀ ਦੇਖਦੇ ਹਾਂ ਕਿ ਜਗ੍ਹਾ। ਟਾਈਮ ਹੋ ਗਿਆ 12:48। ਸਹੀ ਵੀ ਟਾਈਮ ਹੈ? ਹਾਂ ਸਹੀ ਹੈ। ਕਿੰਨੇ ਤੱਕ ਪਹੁੰਚਾਂਗੇ ਜੀ? ਹੈਗਾ 4-5 ਘੰਟੇ ਦਾ ਰਸਤਾ। 5-4 ਘੰਟੇ 4-5 ਘੰਟੇ ਲਾ ਲਿਆ, 4 ਘੰਟੇ ਦਾ। ਹਾਂ ਕੋਈ ਚੱਕਰ ਵਾਲੀ ਗੱਲ ਨਹੀਂ। ਅੰਮ੍ਰਿਤਸਰ 4 ਘੰਟੇ ਹਾਰਨੇ ਬਾਬੇ, 5 ਲਾ ਲਓ। ਫੁੱਲ ਕਰਾਏਗਾ ਉਸਤਾਦ? ਫੁੱਲ ਕਰਾਉਣੇ ਆ 3-3 ਹਜ਼ਾਰ ਦਾ, ਕਿਤੇ ਹੀ ਨਹੀਂ ਬਣਦਾ। ਐਡੇ ਐਡੇ ਟੈਂਕ ਨੇ ਇਹਦੇ। ਪ੍ਰਸ਼ਾਦ ਪ੍ਰਸ਼ਾਦ ਖਾ ਕੇ ਛਕੋ ਬਾਬੇ। ਬਸ ਬਸ ਕੱਕੀ ਨੇ ਪ੍ਰਸ਼ਾਦ ਦਿੱਤਾ ਵਧੀਆ ਆਪਾਂ ਨੂੰ। ਟ੍ਰੈਫਿਕ ਵੀ ਦੇਖੋ ਅੱਗੇ ਪੁੱਠਾ ਫੜੀ ਬੈਠਾ ਹੁਣ ਉਸਤਾਦ ਮੈਂ। ਓਕੇ ਡਨ। ਲਓ ਵੀ ਮਿੱਤਰੋ ਦੋਵੇਂ ਟੈਂਕੀਆਂ ਫੁੱਲ ਕਰਾ ਦੇ, ਇੱਕ ਇੱਧਰਲੀ ਟੈਂਕੀ ਆ, ਇੱਕ ਪਰਲੀ ਟੈਂਕੀ ਆ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ ਹੈ। ਦੋਵੇਂ ਫੁੱਲ ਹੋ ਗਿਆ ਦੇਖ ਸਕਦੇ ਤੁਸੀਂ, ਬਸ ਇੱਕ ਦੋ ਡੰਡੇ ਘੱਟ ਨੇ, ਕੋਈ ਨਹੀਂ ਸਾਰਾ ਫੂਕ ਦੇਣਾ ਆਪਾਂ, ਅੱਗੇ ਪੂਰੇ ਕਰਾਂਗੇ ਦੁਬਾਰੋਂ। ਹਾਂ ਪੰਪ ਦੇ ਪੈਟਰੋਲ ਹੀ ਘੱਟ ਸੀ, ਪਤਾ ਕੀ ਚੱਕਰ? ਲਿਮਿਟ 'ਚ ਪਾਉਂਦੇ ਨੇ ਹੁਣ। ਹਾਂ ਬਸ ਤਾਂ ਪਾਉਂਦੇ ਨੇ ਯਾਰ, ਹੁਣ ਜਿਵੇਂ ਹਰਿਆਣਾ ਪਾਉਂਦਾ ਸਾਰਾ, ਹੁਣ ਨਹੀਂ ਕਰੋਸ ਨਹੀਂ ਹੋਣੀ ਜਾਣਾ, ਪਿੱਛੇ ਰੱਖਾਂ ਹਨਾ ਬੰਦਾ। ਬੋਰਡਰ ਕਿਸਾਨ ਯੂਨੀਅਨ ਕਰਕੇ ਬੰਦ ਧਰਨੇ ਲੱਗੇ ਹੋਏ ਨੇ, 10 ਵੜਾ ਆ ਪੰਪ ਤੇ ਨਹੀਂ ਆ ਰਿਹਾ ਹੈਗਾ ਪੰਪਾਂ ਦੇ। ਸਾਡਾ ਵੀ ਨੈਟ ਹੁਣ ਚੱਲਿਆ ਹੋ ਰਿਹਾ, ਨੈਟ ਚੱਲਿਆ ਸਹੀ ਗੱਲ ਹੈ। ਬੋਰਡਰ ਤੇ ਰਹਿੰਦੇ ਅਸੀਂ, ਚੱਲ ਠੀਕ ਆ। 3:45 3:48 ਤੇ ਚੱਲੇ ਸੀ, 3 ਘੰਟੇ ਹੋ ਗਏ। ਕਿਉਂ ਵੀ ਮੁੰਡੇ ਨੀਂਦ ਉੱਦਾਂ ਨਹੀਂ ਆਏਗੀ ਉਸਤਾਦ ਇਹਨੂੰ? ਆਪਾਂ ਪਹੁੰਚ ਗਏ ਜਲੰਧਰ ਟੱਪ ਕੇ, ਆਪਾਂ ਬਸ ਪਹੁੰਚਾਂਗੇ 2 ਘੰਟੇ 50 ਕਿਲੋਮੀਟਰ ਹੈਗਾ। ਹਾਂ ਘੰਟੇ 'ਚ ਟਾਬੇ ਦੇ ਘੰਟੇ ਟਾਬੇ ਦੇ ਕਹਿੰਦਾ ਚਾਹ ਪੀਣੀ ਹੈ। ਆਹ ਮੁੰਡਾ ਕਹਿੰਦਾ ਪਿਛਲਾ ਕਹਿੰਦਾ ਚਾਹ ਪੀਣੀ ਹੈ, ਚਾਹ ਪੀਣੀ ਕਿ ਹਿੱਲ ਪੀਣੀ ਹੈ, ਚਾਹ ਪੀਵਾਂਗੇ। ਫਲੈਸ਼ ਤੋਂ ਜੇ ਪੈਂਦੀ ਉਸਤਾਦ, ਪਹਿਲੀ ਲੱਟਾਂ ਬਹੁਤ ਪੈ ਗਈਆਂ ਸਾਡੇ। ਚਲੋ ਵੀ ਲਾਓ ਢਾਬਾ ਢੁੱਬਾ, ਮੈਨੂੰ ਤਾਂ ਲਾਉਦਾ ਨਹੀਂ, ਸਾਰਾ ਰੋਡ ਖਾਲੀ ਹੈ, ਇਹਦਾ ਤਾਂ ਹੈ ਹੀ ਨਹੀਂ। ਲਓ ਜੀ ਮਿੱਤਰੋ 4 ਘੰਟਿਆਂ ਬਾਅਦ ਗੱਡੀ ਰੋਕਤੀ ਮੁੰਡੇ ਨੇ। ਕਿਹੜਾ ਮੋਟਾ ਬਾਬਾ? ਮਾਨ ਮਾਨ ਤੇ ਮੂਸਲ ਦੀ ਫੋਟੋ ਲੱਗੀ ਹੋਈ ਹੈ ਉਸਤਾਦ। ਹਾਂ ਇੱਧਰ ਆਹ ਦੇਖੋ, 4-4-4-4 ਪਹੁੰਚ ਗਏ ਸੀ ਜਲੰਧਰ ਤੋਂ, ਥੋੜੀ ਜਿਹੀ ਅੱਗੇ ਚੜ ਗਏ ਚਾਹ ਚੁੱਕੀ ਫਿਰ ਚੱਲਦੇ। ਹਾਂ ਚਲੋ ਫਿਰ ਉਤਰੋ ਬਈ, ਕਿਹੜੀ ਜੀ ਚਾਹ ਪੀਏ ਫਿਰ, ਚਲੋ ਫੋਨ ਚੱਕਨੇ ਚੱਲ। ਕੋਈ ਨਾ ਸ਼ਿਫਟ ਚੇਂਜ ਕਰਾਂਗੇ ਤੇਰੀ, ਸੋ ਜੀ ਤੂੰ ਆਰਾਮ ਨਾਲ ਹੋਣਾ। ਗੱਡੀ ਧੋਈ ਹੋਈ ਦਾ ਫਾਇਦਾ ਦੇ ਬਾਬੇ, ਚਮਕਦੀ ਹੈ ਕਿਉਂ? ਇਹ ਗਿੱਲ ਕਾਰ ਵਾਸ਼ਿੰਗ ਵਾਲੇ ਧੋਂਦੇ ਨੇ, ਵਿੱਚ ਪ੍ਰਮੋਸ਼ਨ ਵੀ ਕਰਤੀ। ਕਰਾਓ ਚਾਹ ਚੂ, ਕੰਟੈਂਟ ਮਿਲ ਗਿਆ, ਕੰਟੈਂਟ ਕੰਟੈਂਟ ਮਿਲ ਗਿਆ, ਕੰਟੈਂਟ ਮਿਲ ਗਿਆ। ਇਹ ਕਿੱਧਰੋਂ ਆਇਆ? ਮੂਸਲ ਦੀ ਬੇਇੱਜ਼ਤੀ ਕਰਾਈ ਇਹਦੇ ਨਾਲ ਤੁਸੀਂ, ਕਿਉਂ ਦੇ ਰਾਵੀ ਖਰਾਬ ਕਰਤਾ ਤੇਰੇ, ਇੰਨੇ ਮਾੜੇ ਹੱਥ ਨੇ ਉਸਤਾਦ, ਇਹ ਵੀ ਖਰਾਬ ਕਰਤਾ।
ਦੇਖ ਲੋ ਬਈ ਇਹਨੂੰ ਨਾਲ ਹੀ ਲੈ ਚੱਲਦਾ ਓਏ ਦੁਕਾਨ ਦੇ ਅੱਡੇ ਦੇ ਨਾਲ ਤੇਰੀ ਦੁਕਾਨ ਦਾ ਜਿਹੜਾ ਜੂਸ ਪੀਣਾ ਕਰਦਾ ਕਰ ਲੋ ਜੀ ਮਿੱਤਰੋ ਮੁੰਡੇ ਲੱਗਦੀ ਠੰਡੀ ਜੀ ਠੰਡ ਕਿਉਂ ਲੱਗਦੀ ਅੱਛਾ ਜੀ ਹੁਣ ਤਾਂ ਬਈ ਉਰੇ ਗੱਡੀ ਦਾ ਹੀਟਰ ਚੱਲਦਾ ਸੀ ਉਰੇ ਤਾਂ ਨਹੀਂ ਚੱਲਦਾ ਕੀ ਖਾਓਗੇ ਆਲੂ ਦੇ ਪਰੌਂਠੇ ਪਰੌਂਠੇ ਤੇ ਚਾਹ ਸਵੇਰੇ 4 ਵਜੇ 4 ਵਜੇ ਪਰੌਂਠੇ ਤੇ ਚਾਹ ਖਾਈ ਜਾਊਗੀ ਚਾਹ ਖਾਈ ਜਾਊਗੀ ਪਰੌਂਠੇ ਪੀਏ ਜਾਣਗੇ ਦਹੀਂ ਖਾਊਗਾ ਨਾਲ ਜ਼ੂਮ ਕਰੋ ਜ਼ੂਮ ਛੋਟੇ ਬੱਚਿਆਂ ਲਈ ਦੁੱਧ ਮੁਫਤ ਮਿਲਦਾ ਹੈ ਕੰਟੈਕਟ ਮਾਨ ਵੈਸ਼ਨੋ ਢਾਬਾ ਯਾ ਨਹੀਂ ਆ ਪਾਓ ਚਾਰ ਚੂਰੇ ਯਾਰ ਆਣ ਦੇ ਪਹਿਲਾਂ ਫਿਰ ਖਾਓ ਸਾਰੀਆਂ ਨੇ ਕੁੱਲੜ ਚਾਹ ਕੁੱਲੜ ਲੱਸੀ ਕਿਹੜੀ ਚਾਹ ਪੀਏ ਕੁੱਲੜ ਕੋਫੀ ਰੋੜ ਮੁੱਛਮਰੋੜ ਚਾਹ ਵੀ ਆਵੇ ਮੁੱਛਮਰੋੜ ਚਾਹ ਇਹ ਆ ਸੀ ਮੇਰੇ ਵੀਰਿਓ ਮੁੱਛਮਰੋੜ ਚਾਹ ਕੁੱਲੜ ਕੁੱਲੜ ਵਾਲੀ ਚਾਹ ਕੁੱਲੜ ਕੁੱਲੜ ਹੋਇਆ ਪਿਆ ਕੁੱਲੜ ਵੀ ਜਾਣਾ ਚਾਹ ਕੁੱਲੜ ਪੀ ਚੱਲਾਂ ਜਾਂਦੇ ਚੱਲਾਂਗੇ ਕੋਈ ਨਾ ਤੇ ਫੋਟੋ ਵੀ ਕਰਾ ਦਾਂਗੇ ਨਾਲ ਠੀਕ ਹੈ ਲਓ ਵੀ ਮਿੱਤਰੋ 4 ਵਜੇ ਪਰੌਂਠੇ ਖਾਏ ਜਾ ਰਹੇ ਨੇ 4 ਵਜੇ ਪਾਓ ਦਹੀਂ ਦੋ ਵੀ ਪਾਓ ਯਾਰ ਚਾਹ ਤਾਂ ਹੀ ਨਹੀਂ ਹੋਈ ਚਾਹ ਕਹਿੰਦੇ ਮੁੱਛ ਮਰੋੜ ਵਾਲੀ ਚਾਹ ਆ ਗਈ ਮੁੱਛਾਂ ਮਰੋੜ ਵਾਲੀ ਚਾਹ ਰਾਹੁਲ ਤੂੰ ਕੀ ਮਰੋੜੇਗਾ ਮੁੱਛਾਂ ਕਟਾ ਦੀਆਂ ਨੇ ਮੁੱਛ ਮਰੋੜ ਹੀ ਸਕਦਾ ਚੱਕੋ ਬਈ ਚਾਹ ਮੁੱਛ ਮਰੋੜ ਵਾਲੀ ਉਹ ਜੀ ਮੇਰੇ ਮਿੱਤਰੋ 4:18 ਹੋ ਗਏ ਨੇ ਚੱਲੇ ਆ ਅਸੀਂ ਪਰੌਂਠੇ ਪਰੌਂਠੇ ਖਾ ਕੇ ਕੈਮ ਹੋ ਕੇ ਚੱਲੇ ਵੀਰ ਜੀ ਉਹਦੀ ਬੈਟਰੀ ਲਓ ਕਿ ਲੈਣ ਚਲਾਇਆ ਜੀ ਓਪੇ ਇਹਦੇ ਕਰੋ ਇਹ ਕੁੰਡਾ ਅੱਜ ਚਲੋ ਜੀ ਹੁਣ ਮਿਲਦਾ ਸਿੱਧਾ ਤੁਹਾਨੂੰ ਅੰਮ੍ਰਿਤਸਰ ਜਾ ਕੇ ਪਿੱਛੇ ਕੀ ਕੁਛ ਹੈਗਾ ਕੁਛ ਨਹੀਂ ਹੈਗਾ ਦੇਖੋ ਇਹਦੇ ਵਿੱਚ ਦੇਖੋ ਤੁਸੀਂ ਵੀਰ ਜੀ ਇਹ ਇਹ ਕਾਦੇ ਵਾਸਤੇ ਲਾਇਆ ਆਪਾਂ ਐਡਾ ਬੜਾ ਟੀਵੀ ਕਿਵੇਂ ਲਵਾਇਆ ਇੱਥੇ ਚਲੋ ਠੀਕ ਹੈ ਕਹਿੰਦੇ ਟੋਲ ਤੇ ਪੈਸੇ ਨਹੀਂ ਕੱਢੇ ਕਹਿੰਦੇ ਪੈਸੇ ਖਤਮ ਹੋ ਗਏ ਬਈ ਸਾਡੇ ਕੋਲ ਫਾਸਟ ਟੈਗ ਥੋੜੇ ਨੇ ਕਿੰਨੇ ਫਾਸਟ ਟੈਗ ਲਈ ਫਿਰਦੇ ਅਸੀਂ ਕਿਤਾਬ ਵੀ ਨਹੀਂ ਚੱਲੇ ਸਭ ਚਲਾ ਦੇਣੇ ਆਪਾਂ ਨੇ ਜਿਹੜਾ ਪਹਿਲਾਂ ਕਹਿੰਦਾ ਚੱਲਿਆ ਨਹੀਂ ਉਹੀ ਦਿਮਾਗ 'ਚ ਦੁਕਾਨ ਤਾਂ ਚੱਲ ਗਿਆ ਕਹਿੰਦਾ ਬਲੈਕ ਲਿਸਟਡ ਆ ਰਿਹਾ ਬਲੈਕ ਲਿਸਟ ਵੀ ਚਲਾਉਂਦੇ ਸੀ ਟੈਗ ਆਹ ਪਿਆ ਟੈਗ ਆਹ ਪਿਆ ਟੈਗ 12 ਨੰਬਰ ਵੀ ਟੈਗ ਨੇ ਆਪਣੇ ਕੋਲ ਪਹਿਲਾਂ ਸਾਰਾ ਰਸਤਾ ਠੀਕ ਸੀ ਨਾ ਧੁੰਦ ਤਾਂ ਬਈ ਐਂ ਹੈ ਕਦੇ ਪੈ ਜਾਂਦੀ ਹੈ ਕਦੇ ਫਟ ਜਾਂਦੀ ਆ ਤੂੰ ਬਾਈ ਮੱਥਾ ਟੇਕਣ ਕਿਉਂ ਮਿੱਤਰੋ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਜਲਦੀ ਦੇਖ ਪਾਰਕਿੰਗ ਕਿੱਧਰ ਇੱਧਰ ਹੈਗੀ ਆ ਨੰਬਰ ਤੇ ਲੋ ਜੀ ਪਹੁੰਚ ਗਏ ਦਰਬਾਰ ਸਾਹਿਬ ਅਸੀਂ 6 ਵਜੇ ਪਹੁੰਚਾਇਆ ਰੂਮ 'ਚ ਰੂਮ ਕਰਾਇਆ ਉੱਥੇ ਰੂਮ 'ਚ ਜਾ ਕੇ ਹਾਂ ਨਾਨੂ ਕੇ ਮੱਥਾ ਟੇਕਿਆ ਨੇ ਫਿਰ ਨਾ ਆਇਆ ਕਿੱਧਰ ਵਾਹਿਗੁਰੂ
ਜੀ ਆ ਜਾਓ। ਪਹੁੰਚ ਗਏ ਫਿਰ ਦਰਬਾਰ ਸਾਹਿਬ। ਚੱਕਰੇ ਬੈ ਕੇ ਮੱਥਾ ਮੁੱਥਾ ਡੇਗ ਲਿਆ ਚੱਲੇ ਫਿਰ ਹੁਣ ਕਿੱਧਰ ਜਾਓਗੇ ਹੁਣ ਕੀ ਪਤਾ ਬੱਕਰਾਂ ਦੀ ਲਾਈਫ ਦਾ ਕਿੱਧਰ ਚੱਲੀ ਬੱਕਰਾਂ ਦੀ ਲਾਈਫ ਦਾ ਚੱਕ ਲੈ ਸਮਾਨ ਕੁਲਫੀ ਖਾਣੀ ਹੋਵੇ ਹਾਂ ਆਪਣਾ ਪਿੰਡ ਇਹਨਾਂ ਇਹਨਾਂ ਆਪਦਾ ਪਿੰਡ ਆ ਵਸਾਇਆ ਉਰੇ ਚੱਕੋ ਗੱਡੀ ਕਿੱਥੇ ਖੜੀ ਆਪਣੀ ਪਰਚੀ ਹਾਂ ਦੇਖ ਲਾ ਮੈਂ ਮੇਰੇ ਫੋਨ ਚ ਪਈ ਆ ਖੜ ਜਾ ਸੱਚੀ ਗੱਲ ਕਦੇ ਆਪਾਂ ਆਪਣੇ ਨਾਲ ਹੋਰ ਬਲੌਗਰ ਦਾ ਕੰਮ ਹੋਏ ਆਪਾਂ ਗਲਤ ਦੱਸ ਦਈਏ ਪੂਰੇ ਆ ਕੇ ਉਹ ਕੀ ਆ ਪੂਰਾ ਸਾਰਾ ਪਾ ਦਾਂਗੇ ਇਹਨਾਂ ਦੀ ਹਾਂ ਜਿਵੇਂ ਜਲ ਵਾਲੇ ਬਾਗ 'ਚ ਦੱਸੀ ਗਏ ਵੀ ਭਗਵੰਤ ਉਹ ਭਗਵੰਤ ਹੋਣ ਕੇ ਗਿਆ ਭਗਤ ਸਿੰਘ ਉਹ ਹੋਇਆ ਸੀਗਾ ਤੈਨੂੰ ਖਾਣ ਤੋਂ ਬਿਨਾਂ ਤੈਨੂੰ ਹੋਰ ਸੋਚਦਾ ਨੀ ਗੋਲ ਗੱਪੇ ਖਾ ਲਏ ਲੰਗਰ ਖਾ ਲਿਆ ਹੋਰ ਹੁਣ ਕੁਲਚੇ ਖਾਣੇ ਖਾਣ ਪੀਣੇ ਜਾਣਾ ਇਹ ਕਹਿੰਦਾ ਮੈਂ ਕੁਲਚੇ ਖਾਣੇ ਅੰਮ੍ਰਿਤਸਰੀਏ ਪਹਿਲਾਂ ਗੋਲ ਗੱਪੇ ਖਾ ਕੇ ਹਟਿਆ ਹੁਣ ਹੋਰ ਆਪ ਤਾਂ ਮੋਟਾ ਹੋ ਹੀ ਜਾਂਦਾ ਆਪਾਂ ਨੂੰ ਵੀ ਕਰੂਗਾ ਇਹ ਬਾਹਲਾ ਸਮਾਨ ਚੱਕ ਦੁਕਾਨ ਦਾ ਜੂਸ ਨੀ ਪੀਂਦਾ ਉਰੇ ਜੂਸ ਓਏ ਜੂਸ ਪੀਣ ਦਾ ਨੀ ਇਹ ਜੂਸ ਕੱਢਣ ਨੂੰ ਜੀ ਕਰਦਾ ਆਦਤ ਪਈ ਹੋਈ ਦੁਕਾਨ ਤੇ ਚੱਲ ਲਾ ਫਿਰ ਲਾ ਗੱਡੀ ਸਾਈਡ ਤੇ ਆਪਣੀ ਓਏ ਇਹਨੂੰ ਪਿਆਈ ਹੈ ਜੂਸ ਹੋਰ ਅੰਦਰ ਆਉਂਦੀ ਨੀ ਅੰਦਰ ਬੈਗ ਸਾਂਭਣਾ ਆ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਪਾਰਕਿੰਗ 'ਚ ਮੱਥਾ ਟੇਕ ਲਿਆ
ਗੱਡੀ ਦੱਸਦੇ ਕਿਵੇਂ ਲੱਭੀ ਹੈ ਪਿੱਲਰ ਨੋਟ ਕਰ ਲਿਆ ਕਰੋ ਇਹਦੇ ਲੋ ਜੀ ਦੂਜਾ ਕਿਹੜਾ ਲੱਗ ਗਿਆ ਸਾਡਾ ਜਾਲ ਭੁੱਲਿਆ ਜੀ ਅਸੀਂ ਜਾਲ ਭਰ ਕੇ ਲਿਆਏ ਹੁਣ ਇਹਦੇ ਪੱਥਰੀਆ ਦਰਦ ਉੱਠ ਖੜਿਆ ਬਾਲਾ ਤੋਰਤਾ ਇਹ ਪਾਥਰੀ ਉਸਤਾਦ ਦੇ ਜਲ ਪੀ ਬਾਬੇ ਜਲ ਪੀ ਪਾਥਰੀ ਤੇਰੀ ਬਾਹਰ ਬਾਏ ਮੁੰਡੇ ਹੋ ਸਾਡੇ ਘਰ ਨਹੀਂ ਆਉਣਾ ਸਾਡੇ ਘਰ ਜਾਵਾਂਗੇ ਆਪਣਾ ਘਰ ਕਹਿ ਰਿਹਾ ਮੈਂ ਪਹਿਲਾਂ ਅਸੀਂ ਘੁੰਮਣ ਵੀ ਜਾਣਾ ਸੀ ਸਾਡੇ ਘਰੇ ਲਵਾਏ ਧੱਕਾ ਗੱਡੀ ਫਸ ਗਈ ਪ੍ਰਧਾਨ ਉਹ ਦੇਖੀ ਨਾ ਲਾਉਂਗੇ ਦਿਖਾ ਤੇਰੇ ਬਰਗਰ ਵਾਲਾ ਜ਼ੋਰ ਉਹ ਰੋਕ ਲੈ ਪਿੱਛੇ ਰੋਕ ਗੱਡੀ ਗੁੱਡੀ ਆ ਰਹੀ ਹੁੰਦੀ ਹੈ ਫੜ ਜਾ ਫੜ ਜਾ ਇੰਨੀ ਨਹੀਂ ਕਰਨੀ ਹੈਗੀ ਥੋੜੀ ਥੋੜੀ ਕਰੋ ਯਾਰ ਬਸ ਇਹ ਕਰਦਾ ਬਈ ਉਹ ਖੜ ਜਾ ਬ੍ਰਿਜ ਵੀ ਕਰਨੀ ਪਊਗੀ ਨਵੀਂ ਬ੍ਰਿਜ ਆ ਦੇਖੋ ਏ ਇੱਧਰ ਹੋ ਫਿਰ ਲੰਘ ਜੂਗੀ ਨਹੀਂ ਕੰਮ ਪੰਗਾ ਹੀ ਹੈ ਮੂਹਰੇ ਕਰਦੇ ਨੇ ਫਿਰ ਇੱਕ ਮਿੰਟ ਯਾਰ ਕਰਦੇ ਆਈ ਆ ਬਈ ਆਪਣੀ ਜ਼ਿਆਦਾ ਲਾ ਦੀ ਕਿਹਦੇ ਬਈ ਨਾ ਲੱਗ ਜੇ ਬਸ 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 ਰੋਕ ਲੈ ਉਸਤਾਦ ਰੋਕ ਜ਼ਿਆਦਾ ਲੈ ਉਹ ਉੱਧਰ ਨੂੰ ਕੱਟ ਸ਼ੀਸ਼ੇ ਦੀ ਨਿਗਾਹ ਰੱਖੀ ਚੱਲ 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 ਦੂਜੇ ਉੱਡ ਕਰਦੇ ਕਟਿੰਗ ਚੱਲ 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 ਘੁਮਾ ਦੇ ਓਕੇ ਓਕੇ ਜਾਣ ਦੇ ਸ਼ੀਸ਼ਾ ਡਾਉਣ ਚੱਲ 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 ਸ਼ੀਸ਼ਾ ਡਾਊਨ ਕਰ ਲੈ ਸਾਹਿਬ ਓਏ ਸ਼ੀਸ਼ਾ ਡਾ ਕਰਨ ਬੰਦ ਕੱਢੀ ਐਂ ਕਰ ਇਹ ਘਬਰਾਉਂਦਾ ਥੋੜ੍ਹਾ ਜਿਹਾ ਧੱਕਦੇ ਧੱਕਦੇ ਆ ਚੱਲ 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 ਥੋੜ੍ਹੀ ਕਿੱਥੋਂ ਬਾਹਰ ਕਿੱਥੋਂ ਮਰਜ਼ੀ ਪੰਗਾ ਚੜਵਾਲੀ ਮਿੱਤਰਾਂ ਦਾ ਨਾਂ ਚੱਲਦਾ ਕਿਉਂ ਆਟੋ ਪਾ ਲਏ ਬਈ ਆਪਾਂ ਨੇ ਵਿਆਹ ਸ਼ਾਦੀਆਂ ਲਈ ਜੇ ਸਵਾ ਜਦੋਂ ਬਰਾਤੀ
ਘੜ ਉਹ ਬਰਾਤੀਆਂ ਲਈ ਗੱਡੀਆਂ ਘੜ ਜਾਣ ਤਾਂ ਆਟੋ ਕੰਮ ਆਉਂਦੇ ਨੇ ਮੇਰੇ ਵੀਰੇ ਆਟੋ ਇਹਨਾਂ 'ਚ ਜਾਓ ਲੈ ਕੇ ਹਾਂ ਟੈਂਪੂ ਟੈਂਪੂ ਵੀ ਡਾਟ ਗਿਆ ਰਾਵਰ ਐਂ ਨਾ ਬਹੁਤ ਸਤਾ ਦੇਖ ਉਹਨੇ ਫਿਰ ਲਗਾ ਲੈ ਲਖਾਰ ਕੇ ਨਾਟ ਗਿਆ ਵਰਗਾ ਹੁਣ ਅਗਲੇ 'ਚ ਦੰਤ ਪਈ ਸਹੀ ਗੱਲ ਹੈ ਸਲੈਂਸਰ ਦੇਖ ਇਹ ਨਾਟ ਗਿਆ ਨਾਟ ਗਿਆ ਹੀ ਹੈ ਇਹ ਜਿਹੜਾ ਆਪਣਾ ਲਾਲ ਲੱਗਿਆ ਚਲੋ ਤੂੰ ਲਾ ਦੇ ਗਿਲ ਸਾਹਿਬ ਆ ਗਏ ਗਿਲ ਸਾਹਿਬ ਚੜ੍ਹਾਈ ਹੈ ਬੜੀ ਗਿਲ ਸਾਹਿਬ ਦੀ ਇੱਧਰੋਂ ਦੇਖ ਕੇ ਸਤਾਦ ਵਿੱਚੋਂ ਵਿਚਾਲੀ ਕਰੀ ਜਾਂਦੇ ਤਾਂ ਜਾਮ ਜਾਮ ਦਾ ਬੜਾ ਪੰਗਾ ਨਹੀਂ ਕਿੰਨੇ ਟਾਈਮ ਦਾ ਰਸਤਾ ਹੈ ਨੀ ਬਈ ਰਸਤਾ ਦਾ ਥੋੜਾ ਹੀ ਹੈ ਬਈ ਉਹੀ ਨਹੀਂ ਹੈ ਇਹ ਤਾਂ ਹੋਰ ਹੈ ਜਾਮ ਬਾਹਲਾ ਬਈਆ ਕਰਕੇ ਜਾਮ ਲੱਗ ਰਹੇ ਨੇ ਕੋਈ ਉਹ ਹੈ ਮੂਰਤੀ ਮਾਰਤੀ ਨੂੰ ਸਰਜਰ ਕਰਨ ਆਏ ਹੋਏ ਨੇ ਇਹ ਉੱਧਰ ਜਾਮ ਦਿਖਾ ਬਹੁਤ ਤਕੜਾ ਜਾਮ ਦਿਖਾ ਦਿੰਦਾ ਇਹਨਾਂ ਨੇ ਜ਼ੂਮ ਕਰਕੇ ਦਿਖਾ ਸਾਰੇ ਰੋਡ ਤੇ ਇਹ ਮੇਨ ਹਾਈਵੇ ਹੈ ਵੀਰੇ ਆਪਣਾ ਜਲੰਧਰ ਵਾਲਾ ਦੋ ਢਾਈ ਘੰਟੇ ਲੱਗ ਜਾਣਗੇ ਜਾਮ 'ਚ ਦੋ ਢਾਈ ਘੰਟੇ ਤਾਂ ਨੋਰਮਲ ਗੱਲ ਹੈ ਉਹ ਤੋਂ ਵੱਧ ਟਾਈਮ ਲੱਗੂਗਾ ਬਈ ਬਹੁਤ ਟ੍ਰੈਫਿਕ ਹੈ ਇੱਧਰ ਵੀ ਟ੍ਰੈਫਿਕ ਹੈ ਸਾਰੇ ਪਾਸੇ ਟ੍ਰੈਫਿਕ ਹੋਈ ਪਈ ਆ ਬਾਬੇ ਜਾਮ ਦੇਖੋ ਜਾਮ ਇੰਨਾ ਜਾਮ ਲੱਗ ਰਿਹਾ ਅੱਜ ਤਾਂ ਨਹੀਂ ਦੱਸ ਘੱਟੋ ਘੱਟ 4-5 ਘੰਟੇ ਲੱਗੇ ਜਾਣਗੇ ਉਰੇ ਆਹ ਸਾਰੀਆਂ ਜਾਮ ਹੀ ਆ ਇੱਧਰ ਘੁੰਮਾ ਇੱਧਰ ਘੁੰਮਾ ਸਾਰਾ ਜਾਮ ਆ ਬਈ ਘੱਟੋ ਘੱਟ 2-3 ਘੰਟੇ ਦੋ ਢਾਈ ਘੰਟੇ ਜਾਮ ਨਿਕਲਦੇ ਲੱਗਣਗੇ ਬਾਕੀ ਜਾਣ ਤੇ ਲੱਗੂ 4-5 ਘੰਟੇ ਲੱਗ ਜਾਣਗੇ ਅੱਜ ਤਾਂ ਅਤੇ ਨਿਕਲਦੇ ਇਹ ਬਈਆਂ ਦਾ ਪ੍ਰੋਗਰਾਮ ਆ ਬਿਲਕੁਲ ਦੇ ਕੰਮ ਨਾ ਕਰਦੇ ਨੇ ਜਾਮ ਲਵਾ ਕੇ ਚੱਕਰ ਆ ਕੇ ਸਤਿਗੁਰ ਦੇ ਆ ਵੀ ਵਿਆਸ ਕਰਿਆ ਓਏ ਹਣੀ 10 ਵਰ ਹਾਂਜੀ ਰਹਿਣਾ ਸੀ ਆਪਾਂ ਰਹਿਣਾ ਨਹੀਂ ਬਈ ਫੋਨ ਆ ਗਿਆ ਆਪਾਂ ਨੂੰ ਕਹਿੰਦੇ ਬਾਰਡਰ ਸੀਲ ਕਰਦੇ ਆਪਣੇ ਵਾਲੇ ਹਰਿਆਣਾ ਪੰਜਾਬ ਵਾਲੇ ਆਪਾਂ ਨੂੰ ਅੱਜ ਜਾਣਾ ਪਊ ਕੱਲ੍ਹ ਨੂੰ ਪੰਜਾਬ ਹੀ ਬੰਦ ਆ ਪਰ ਫੋਨ ਆ ਗਿਆ ਤੇਲ ਵੀ ਕਹਿੰਦੇ ਆਪਣੇ ਤੇਲ ਵੀ ਪੰਪ ਹੈ ਨਹੀਂ ਆਪਾਂ ਟੈਂਕੀ ਫੁੱਲ ਕਰਾ ਲਈ ਬਾਈ ਤੇਲ ਪਿੱਛੋਂ ਆ ਨਹੀਂ ਰਿਹਾ ਧਰਨਿਆਂ ਕਰਕੇ ਤੇ ਇੱਕ ਗੱਲ ਹੋਰ ਲੈਟ ਦਾ ਹਿੱਸਾ ਪਿੱਛੋਂ ਭੁੱਲ ਗਏ ਗੱਲ ਬਾਈ ਸਾਨੂੰ ਤਾਂ 2 ਘੰਟੇ ਲੱਗ ਗਏ ਜਾਮ 'ਚ ਨਿਕਲਦੇ ਹੋਣੇ ਅਤੇ ਹੁਣ ਆਪਾਂ ਪਾਲੇ ਲੁਧਿਆਣੇ ਰੋਡ 'ਤੇ ਗੱਡੀ ਹੋਰ ਉਹ ਕਹਿੰਦੇ ਨੇ ਵੀ 2-3 ਘੰਟੇ ਦਾ ਰਾਹ ਬਣਾ ਰਹਿ ਗਿਆ ਬਾਕੀ ਦੱਸ ਰਾਹੁਲ ਮੈਂ ਕਿੱਧਰ ਨਹੀਂ ਆਉਣਾ ਪਹਿਲਾਂ ਵਗੈਰਾ ਰੋਟੀ ਹੋ ਗਈ ਰਾਤ ਖਰਾਬ ਹਾਂ ਕੀ ਹੋ ਗਿਆ ਸੀ ਰਾਤ ਗੱਡੀ ਖਰਾਬ ਹੋ ਗਈ ਸੀ ਪੈਪ ਲੀਕ ਹੋ ਗਈ ਸੀ